ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭੁਵਨ ਸੋਨ ਦੀ ਯੂਨੀਫਾਈਡ ਐਜੂਕੇਸ਼ਨ ਕੰਸਲਟੈਂਟ ਮੈਂ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਇਆ ਹੈਗਾ ਇੱਕ ਕੰਟਰੀ ਨਵੀਂ ਲੈ ਕੇ ਉਹਦੇ ਬਾਰੇ ਗੱਲ ਕਰਾਂਗੇ। ਅੱਜ ਆਪਾਂ ਗੱਲ ਕਰਾਂਗੇ USA ਟੂਰਿਸਟ ਵੀਜ਼ਾ ਬਾਰੇ। USA ਟੂਰਿਸਟ ਵੀਜ਼ਾ ਕੀ ਹੈ ਅਤੇ ਲੋਕ ਇਸ ਤੋਂ ਇੰਨਾ ਕਿਉਂ ਡਰਦੇ ਆ? USA ਟੂਰਿਸਟ ਵੀਜ਼ਾ ਇਜ਼ ਅ ਵੈਰੀ ਸਿੰਪਲ ਪ੍ਰੋਸੈਸ। ਸਿਰਫ ਇਹਦਾ ਇੱਕ ਡਰ ਇਸ ਲਈ ਹੈਗਾ ਕਿ ਲੋਕਾਂ ਨੂੰ ਆਪ ਜਾਣਾ ਪੈਂਦਾ ਆਪਣੀ ਇੰਟਰਵਿਊ ਵਾਸਤੇ, ਅਤੇ US ਐਮਬੈਸੀ ਵਿੱਚ ਜਾ ਕੇ ਆਪਣੇ ਫਿੰਗਰ ਪ੍ਰਿੰਟਸ ਅਤੇ ਆਪਣੇ ਇੰਟਰਵਿਊਜ਼ ਆਪ ਦੇਣੀਆਂ ਪੈਂਦੀਆਂ ਹੈਗੀਆਂ। ਬਾਕੀ ਸਾਰੀਆਂ ਐਮਬੈਸੀਆਂ ਵਿੱਚ ਕੀ ਪ੍ਰੋਸੈਸ ਹੈਗਾ ਕਿ ਤੁਸੀਂ ਆਪਣੀ ਫਾਈਲ ਕਿਸੇ ਏਜੰਟ ਦੇ ਥਰੂ ਆਪਣੀ ਫਿਲ ਕਰਾਉਂਦੇ ਹੋ, ਉਹ ਫਾਈਲ ਨੂੰ ਏਜੰਟ ਤੁਹਾਡੀ ਫਾਈਲ ਨੂੰ ਤਿਆਰ ਕਰਦਾ ਹੈ, ਤੁਹਾਡੀ ਕਵਰਿੰਗ ਲੈਟਰ ਲਾਉਂਦਾ ਹੈ, ਤੁਹਾਡੇ ਇਨਵੀਟੇਸ਼ਨਸ ਲਗਾਉਂਦਾ ਹੈ, ਤੁਹਾਡੀ ਹੋਟਲ ਬੁਕਿੰਗਸ ਲਾਉਂਦਾ ਹੈ, ਤੁਹਾਡੀ ਏਅਰ ਟਿਕਟਸ ਬੁੱਕ ਕਰਾਉਂਦਾ ਹੈ, ਅਤੇ ਤੁਹਾਡੀ ਉਹ ਫਾਈਲ ਤਿਆਰ ਕਰਕੇ ਐਮਬੈਸੀ ਲਗਾਉਂਦਾ ਹੈ, ਅਤੇ ਉਹਦਾ ਜੋ ਵੀ ਰਿਜ਼ਲਟ ਆਊਟਕਮ ਹੁੰਦਾ ਉਹ ਤੁਹਾਨੂੰ ਥਰੂ ਮੇਲ ਜਾਂ ਤੁਹਾਨੂੰ ਥਰੂ ਕੁਰੀਅਰ ਆ ਜਾਂਦਾ ਹੈ, ਅਤੇ ਤੁਹਾਨੂੰ ਕਿਸੇ ਐਮਬੈਸੀ ਜਾਣ ਦੀ ਲੋੜ ਨਹੀਂ ਪੈਂਦੀ। ਪੰਜਾਬੀਆਂ ਦੇ ਵਿੱਚ ਇੱਕ ਬਹੁਤ ਕਾਮਨ ਧਾਰਨਾ ਇਹ ਹੈਗੀ ਹੈ ਕਿ ਜਿਹੜੇ ਪੰਜਾਬੀ ਹੈ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ, ਜਦਕਿ ਇੱਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਹੈ। ਅਗਰ ਤੁਸੀਂ ਆਪਣੀ ਫਾਈਲ ਨੂੰ ਪ੍ਰੋਪਰਲੀ ਭਰ ਰਹੇ ਹੋ, ਆਪਣੇ ਸਾਰੇ ਡਾਕੂਮੈਂਟਸ ਤੁਸੀਂ ਸਹੀ ਲਗਾ ਰਹੇ ਹੋ, ਤੁਹਾਡੀ ਜਿਹੜੀ TS-160 ਜਿਹੜਾ ਫੋਰਮ ਹੈਗਾ ਆ USA ਦਾ, ਅਗਰ ਉਹ ਪ੍ਰੋਪਰਲੀ ਫਿਲ ਹੋਇਆ ਹੈ, ਉਹਦੇ ਵਿੱਚ ਤੁਸੀਂ ਸਾਰੀ ਇਨਫੋਰਮੇਸ਼ਨ ਸਹੀ ਭਰੀ ਹੈ, ਤਾਂ ਤੁਹਾਨੂੰ ਵੀਜ਼ਾ ਮਿਲੇਗਾ ਹੀ ਮਿਲੇਗਾ। ਲੋਕ ਜਾ ਕਰ ਮੋਸਟਲੀ ਝੂਠ ਬੋਲਦੇ ਆ ਜਿਹੜੇ ਵੀਜ਼ਾ ਆਫਿਸਰ ਸਾਹਮਣੇ, ਉਹ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ। ਕਿਉਂ ਬੋਲਦੇ ਆ? ਕਿਉਂਕਿ ਉਹਨਾਂ ਨੂੰ ਪਿੱਛੋਂ ਦੀ ਉਹਨਾਂ ਦੇ ਏਜੰਟਸ ਨੇ ਸਿਖਾ ਕੇ ਭੇਜਿਆ ਹੁੰਦਾ ਕਿ ਤੁਸੀਂ ਉੱਥੇ ਜਾ ਕੇ ਇਹ ਬੋਲਣਾ ਹੈ। ਮੇਰੇ ਹਿਸਾਬ ਨਾਲ ਅਗਰ ਤੁਸੀਂ ਇੱਕ ਐਗਰੀਕਲਚਰਿਸਟ ਹੋ, ਤੁਹਾਨੂੰ ਆਪਣੀ ਐਗਰੀਕਲਚਰ ਹੀ ਭਰਨੀ ਚਾਹੀਦੀ ਹੈ, ਡਿਟੇਲਸ ਆਫ ਬਿਜ਼ਨਸ ਔਰ ਡਿਟੇਲਸ ਆਫ ਵਰਕ, ਕਿਉਂਕਿ ਅਗਰ ਤੁਹਾਨੂੰ ਕੁਝ ਐਗਰੀਕਲਚਰ ਦੇ ਰਿਲੇਟਡ ਉਹ ਪੁੱਛਦੇ ਆ, ਯੂ ਸ਼ੁੱਡ ਨੋ ਦਾ ਆਂਸਰ, ਤੁਹਾਨੂੰ ਕੋਲ ਆਂਸਰ ਹੋਏਗਾ। ਅਗਰ ਤੁਸੀਂ ਕਿਤੇ ਜੋਬ 'ਚ ਹੋ, ਤੁਹਾਨੂੰ ਉਹ ਜੋਬ ਬਾਰੇ ਹੀ ਦੱਸਣਾ ਚਾਹੀਦਾ ਹੈ। ਸੇਮ ਵੇ ਅਗਰ ਤੁਸੀਂ ਕਿਸੇ ਵੀ ਪ੍ਰੋਫੈਸ਼ਨ 'ਚੋਂ, ਇਫ ਯੂ ਆਰ ਅ ਸਟੂਡੈਂਟ, ਤੁਸੀਂ ਆਪਣੇ ਸਟੂਡੈਂਟ ਹੋਣ ਦੇ ਬਾਰੇ ਹੀ ਦੱਸੋ, ਇਹ ਉੱਥੇ ਜਾ ਕੇ ਨਾ ਦੱਸੋ ਕਿ ਤੁਸੀਂ ਜੀ ਇੰਪਲੋਇਡ ਹੋ ਜਾਂ ਸੈਲਫ ਇੰਪਲੋਇਡ ਜਾਂ ਬਿਜ਼ਨਸ ਕਰ ਰਹੇ ਹੋ। USA ਵੀਜ਼ਾ ਲੈਣ ਲਈ ਤੁਹਾਡੇ ਕੋਲ ਤੁਹਾਡੀ ਕੀ ਇਨਕਮ ਹੈ, ਤੁਹਾਡੀ ਬੈਂਕ ਸਟੇਟਮੈਂਟ ਕੀ ਹੈ, ਤੁਹਾਡੇ ਅਗਰ ਤੁਸੀਂ ਐਗਰੀਕਲਚਰਿਸਟ ਹੋ, ਤੁਹਾਡੇ ਜੇ ਫਾਰਮਸ, ਤੁਹਾਡੇ ਇਨਕਮ ਕਿੱਥੋਂ ਆ, ਤੁਹਾਡੀ ਲੈਂਡ ਰੈਵਨਿਊ ਕਿੰਨੀ ਹੈ, ਉਹ ਤੁਸੀਂ ਸਾਰੀ ਡਿਟੇਲਸ ਲੈ ਕੇ ਆਓ। ਅਗਰ ਤੁਸੀਂ ਸਟੂਡੈਂਟ ਹੋ, ਤੁਸੀਂ ਸਟੂਡੈਂਟ ਹੋ ਤਾਂ ਤੁਸੀਂ ਡਿਪੈਂਡੈਂਟ ਕਹਿ ਦਿੱਤੇ ਹੋ, ਤੁਹਾਡੇ ਪੇਰੈਂਟਸ ਕੀ ਕਰਦੇ ਆ, ਤੁਹਾਡੇ ਪੇਰੈਂਟਸ ਦੀ ਨਾਲ ਇਨਕਮ ਦੇ ਪਰੂਫ ਲੱਗਣਗੇ। ਅਗਰ ਤੁਹਾਨੂੰ ਕੋਈ USA ਤੋਂ ਸਪੋਂਸਰ ਕਰ ਰਿਹਾ, ਤਾਂ ਦੈਟ ਪਰਸਨ ਸ਼ੁੱਡ ਬੀ ਸੈਂਡਿੰਗ ਯੂ ਅ ਲੈਟਰ ਆਫ ਸਪੋਂਸਰਸ਼ਿਪ। ਉਹ ਤੁਹਾਨੂੰ ਲੈਟਰ ਆਫ ਸਪੋਂਸਰਸ਼ਿਪ ਦੇ ਨਾਲ ਆਪਣੀ ਰੈਜੀਡੈਂਸ ਦੱਸਣਗੇ, ਉਹ ਤੁਹਾਨੂੰ ਰੱਖ ਰਹੇ ਆ, ਅਗਰ ਉਹ ਤੁਹਾਨੂੰ ਸਪੋਂਸਰ ਕਰਨ ਦੇ ਨਾਲ ਤੁਹਾਡਾ ਖਰਚਾ ਵੀ ਚੱਕ ਰਹੇ ਆ, ਅਤੇ ਉਹਨਾਂ ਨੂੰ ਵੀ ਆਪਣੀ ਬੈਂਕ ਸਟੇਟਮੈਂਟਸ ਭੇਜਣੀਆਂ ਪੈਣੀਆਂ। ਤੁਸੀਂ ਸਾਡੇ ਕੋਲ ਆਫਿਸ ਵਿਜ਼ਿਟ ਕਰੋ, ਵੀ ਕੈਨ ਟੈਲ ਯੂ ਕਿ ਹਾਓ ਯੂ ਕੈਨ ਅਪਲਾਈ ਫੋਰ USA। ਅਸੀਂ ਤੁਹਾਡੇ USA ਐਪਲੀਕੇਸ਼ਨ ਵਿੱਚ ਤੁਹਾਡੀ ਹੈਲਪ ਕਰਾਂਗੇ, ਤੁਹਾਡੇ ਫੋਰਮ ਫਿਲਿੰਗ ਵਿੱਚ ਤੁਹਾਡੀ ਹੈਲਪ ਕਰਾਂਗੇ, ਅਸੀਂ ਤੁਹਾਨੂੰ ਪ੍ਰਿਪੇਅਰ ਕਰਾਵਾਂਗੇ ਕਿ ਹਾਓ ਯੂ ਕੈਨ ਫੇਸ ਦਾ ਵੀਜ਼ਾ ਆਫਿਸਰ, ਅਤੇ ਉਹਦੀ ਇੰਟਰਵਿਊ ਵਿੱਚ ਤੁਸੀਂ ਕਿੱਦਾਂ ਕੁਐਸਚਨਸ ਨੂੰ ਆਨਸਰ ਕਰਨਾ ਹੈ, ਅਤੇ ਕਿਸ ਤਰ੍ਹਾਂ ਦੇ ਕੁਐਸਚਨ ਉੱਥੇ ਦੇ ਕੈਨ ਪੁੱਟ ਯੂ। ਕੋਈ ਆਊਟ ਆਫ ਦਾ ਵਰਲਡ ਕੁਐਸਚਨ ਉਹਨਾਂ ਨੇ ਤੁਹਾਡੇ ਤੋਂ ਨਹੀਂ ਪੁੱਛਣੇ, ਉਹ ਤੁਹਾਡੇ ਬਿਜ਼ਨਸ ਨਾਲ, ਤੁਹਾਡੇ ਵਰਕ ਨਾਲ, ਤੁਹਾਡੇ ਸਟੱਡੀ ਨਾਲ ਰਿਲੇਟਡ ਹੀ ਕੁਐਸਚਨਿੰਗ ਹੁੰਦੀ ਹੈ। ਯੂ ਸ਼ੁੱਡ ਬੀ ਪ੍ਰਿਪੇਅਰਡ ਅਬਾਊਟ ਯੋਰ ਓਨ ਫੈਕਟਸ, ਤੁਹਾਡੀ ਇਨਕਮ ਬਾਰੇ, ਤੁਹਾਡੀ ਫੈਮਿਲੀ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਆ, ਤੁਸੀਂ ਕੀ ਲਗਾ ਰਹੇ ਹੋ ਡਾਕੂਮੈਂਟ, ਤੁਹਾਨੂੰ ਉਹ ਪਤਾ ਹੋਣੇ ਚਾਹੀਦੇ ਆ, ਅਤੇ ਉਹਨਾਂ ਉੱਤੇ ਹੀ ਤੁਹਾਡੇ ਵੀਜ਼ਾ ਜਿਹੜਾ ਆ ਉਹ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਵੀਜ਼ਾ ਮਿਲਣਾ ਜਾਂ ਨਹੀਂ ਮਿਲਣਾ। USA ਵੀਜ਼ਾ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਬੜਾ ਹੀ ਫਾਸਟ ਪ੍ਰੋਸੈਸ ਹੈਗਾ ਆ। ਜਿਹੜੀਆਂ ਵੀ ਅਵੇਲੇਬਲ ਡੇਟਸ ਤੁਹਾਨੂੰ ਮਿਲਦੀਆਂ ਹੈਗੀਆਂ US ਐਮਬੈਸੀ ਦੀਆਂ, ਤੁਸੀਂ ਔਨਲਾਈਨ ਉਹ ਡੇਟਸ ਨੂੰ ਸਿਲੈਕਟ ਕਰਕੇ ਬੁੱਕ ਕਰ ਸਕਦੇ ਹੋ। ਤੁਸੀਂ ਉੱਥੇ ਜਾ ਕੇ ਆਪਣੇ ਪਹਿਲਾਂ ਇੱਕ ਦਿਨ ਤੁਹਾਨੂੰ ਪਹਿਲਾਂ ਜਾਣਾ ਪੈਂਦਾ ਫਿੰਗਰਪ੍ਰਿੰਟਸ ਲਈ, ਨੈਕਸਟ ਡੇ ਤੁਹਾਡੀ ਇੰਟਰਵਿਊ ਹੁੰਦੀ ਹੈ। ਇਮੀਡੀਏਟਲੀ ਜਦੋਂ ਤੁਹਾਡੀ ਇੰਟਰਵਿਊ ਹੁੰਦੀ ਹੈ, ਤੁਹਾਨੂੰ ਉਸੇ ਵੇਲੇ ਤੁਹਾਡਾ ਡਿਸੀਜਨ ਪਤਾ ਲੱਗ ਜਾਏਗਾ, ਤੁਹਾਡਾ ਵੀਜ਼ਾ ਸਕਸੈਸਫੁਲ ਹੋਇਆ ਹੈ ਜਾਂ ਰਿਜੈਕਟ ਹੋਇਆ ਆ, ਕਿਉਂਕਿ ਤੁਹਾਡਾ ਵੀਜ਼ਾ ਆਫਿਸਰ ਤੁਹਾਨੂੰ ਉਸੇ ਵੇਲੇ ਡਿਸਾਈਡ ਕਰ ਲੈਂਦਾ ਕਿ ਉਹ ਤੁਹਾਨੂੰ ਵੀਜ਼ਾ ਦੇਗਾ ਕਿ ਨਹੀਂ ਦੇਗਾ। ਸਾਡੇ ਕੋਲ USA ਵੀਜ਼ਾ ਦੇ ਵਿੱਚ ਅਸੀਂ ਬਹੁਤ ਲੋਕਾਂ ਦੇ ਵੀਜ਼ੇ ਲਗਵਾਏ ਵੀ ਹੈਗੇ ਹੈ, ਅਤੇ ਕਈ ਲੋਕਾਂ ਨੂੰ ਅਸਿਸਟ ਵੀ ਕੀਤਾ ਹੈਗਾ US ਵੀਜ਼ਾ ਲੈਣ ਲਈ। ਕਈ ਲੋਕ ਜਿਨ੍ਹਾਂ ਦੇ ਚਾਰ ਚਾਰ ਵਾਰ, ਪੰਜ ਪੰਜ ਵਾਰ USA ਵੀਜ਼ਾ ਰਿਫਿਊਜ਼ ਹੋਏ ਸੀਗੇ, ਅਸੀਂ ਉਹਨਾਂ ਦੇ ਵੀ ਵੀਜ਼ੇ ਲਗਵਾਏ ਹੈਗੇ ਹੈ। ਤੁਸੀਂ ਸਾਡੇ ਕੋਲ ਵਿਜ਼ਿਟ ਕਰਕੇ ਆਫਿਸ ਦੇਖ ਸਕਦੇ ਹੋ, ਸਾਡੇ ਜਿਹੜੇ ਵੀਜ਼ੇ ਲੱਗੇ ਹੈਗੇ ਹੈ, ਸਾਡੇ ਜਿਹੜੇ ਬੰਦੇ USA ਵਿਜ਼ਿਟ ਕਰਕੇ ਆਏ ਹੈ, ਤੁਸੀਂ ਉਹਨਾਂ ਨਾਲ ਗੱਲ ਵੀ ਕਰ ਸਕਦੇ ਹੋ। USA ਵੀਜ਼ੇ ਦੇ ਵਿੱਚ ਜਿਹੜੇ ਲੋਕਾਂ ਦੇ ਵੀਜ਼ੇ ਰਿਫਿਊਜ਼ ਹੋਏ ਹੈ, ਉਹ ਕਿਉਂ, ਕਿਸ ਰੀਜ਼ਨ ਕਰਕੇ ਹੋਏ ਹੈ, ਕਿਸੇ ਤੋਂ ਇੰਟਰਵਿਊ ਕਲੀਅਰ ਨਹੀਂ ਹੋਈ, ਕਿਸੇ ਕੋਲ ਕੁਝ ਆਨਸਰ ਨਹੀਂ ਦਿੱਤੇ ਗਏ, ਅਸੀਂ ਉਹ ਸਾਰੇ ਪ੍ਰਿਪੇਅਰ ਕਰਵਾ ਕੇ ਦੁਬਾਰ ਤੋਂ ਉਹ ਐਪਲੀਕੇਸ਼ਨ ਲਗਾ ਕੇ ਵੀਜ਼ੇ ਲਿੱਤੇ ਹੈਗੇ ਹੈ। ਤੁਸੀਂ ਸਾਡੇ ਨੰਬਰਸ ਦੇ ਉੱਤੇ ਫੋਨ ਕਰਕੇ ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ, ਸਾਡੇ ਸਟਾਫ ਦੇ ਨਾਲ ਮਿਲ ਕੇ ਆਪਣੀ ਕੋਈ ਪ੍ਰੋਬਲਮਸ ਹੈਗੀ ਡਿਸਕਸ ਕਰ ਸਕਦੇ ਹੋ। ਤੁਸੀਂ ਅਗਰ ਮੈਨੂੰ ਮਿਲਣਾ ਚਾਹੁੰਦੇ ਹੋ, ਯੂ ਕੈਨ ਹੈਵ ਅਪੁਆਇੰਟਮੈਂਟ ਵਿਦ ਮੀ, ਗਿਵ ਅਸ ਅ ਕਾਲ, ਮੈਂ ਤੁਹਾਡੇ ਨਾਲ ਆਪ ਮਿਲਾਂਗਾ, ਤੁਹਾਡੀ ਪ੍ਰੋਬਲਮ ਨੂੰ ਸੁਣਾਂਗਾ, ਸਮਝਾਂਗਾ। ਤੁਸੀਂ ਜਦੋਂ ਸਾਡੇ ਕੋਲ ਵਿਜ਼ਿਟ ਕਰਨਾ ਹੈ, ਪਲੀਜ਼ ਟਰਾਈ ਕਰਿਓ ਕਿ ਸਾਰੇ ਡਾਕੂਮੈਂਟਸ, ਸਾਰੇ ਜੋ ਤੁਹਾਡੇ ਕੋਲ, ਅਗਰ ਕੋਈ ਰਿਫਿਊਜ਼ਲ ਹੈਗੇ ਤਾਂ ਉਹ ਰਿਫਿਊਜ਼ਲ ਦੇ ਰੀਜ਼ਨ ਸਭ ਕੁਝ ਤੁਹਾਡੇ ਕੋਲ ਲੈ ਕੇ ਵਿਜ਼ਿਟ ਕਰਿਓ। ਅਗਰ ਤੁਸੀਂ ਵਿਦਾਊਟ ਡਾਕੂਮੈਂਟਸ ਆਓਗੇ, ਮੈਂ ਤੁਹਾਨੂੰ ਗਾਈਡ ਨਹੀਂ ਕਰ ਪਾਵਾਂਗਾ, ਮੈਂ ਤੁਹਾਡੀ ਪ੍ਰੋਬਲਮ ਨੂੰ ਨਹੀਂ ਸਮਝ
मैं आशा करता हाँ कि तुहानू इनफॉर्मेशन दित्ती है इस वीडियो राही तुहाडे लई काफ़ी बेनीफिशियल होएगी। अगले वीडियो विच आपां होर जानकारी दे नाल नवी वीडियो दे विच तुहानू मिलांगे, नवी कंट्री बारे दसांगे। तद तक लई मैनू इजाजत दो, धन्यवाद।